ਬੱਚੇ ਛੱਡ ਕੇ ਜਾ ਰਿਹਾ ਸੀ ਆਪਣੀ ਬਿਲਕੁਲ ਸਹੀ ਸਾਈਡ 'ਤੇ, ਦੂਸਰੀ ਸਾਈਡ 'ਤੇ। ਇੱਧਰੋਂ ਇੱਕ ਆਲਟੋ ਗੱਡੀ ਬੜੀ ਜ਼ਿਆਦਾ ਸਪੀਡ ਦੇ ਵਿੱਚ ਆਈ ਹੈ ਜੀ, ਅਤੇ ਡਿਵਾਈਡਰ ਟੱਪ ਕੇ ਅਤੇ ਗੱਡੀ ਛੋਟੇ ਹਾਥੀ ਦੇ ਵਿੱਚ ਵੱਜੀ ਹੈ। ਫਿਰੋਜ਼ਪੁਰ ਤੋਂ ਡਰਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਦੱਸ ਦੇ ਕਿ ਇੱਕ ਕਾਰ ਨੇ ਸਕੂਲ ਵੈਨ ਨੂੰ ਭਿਆਨਕ ਟੱਕਰ ਮਾਰ ਦੀ, ਜਿਸ ਕਾਰਨ ਸਕੂਲ ਵੈਨ ਦੇ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਇਸ ਵਿੱਚ ਸਕੂਲ ਵੈਨ ਅਤੇ ਆਲਟੋ ਕਾਰ ਦੇ ਪਰਖਤ 'ਚ ਉੱਡ ਗਏ। ਗਨੀਮਤ ਇਹ ਰਹੀ ਕਿ ਹਾਦਸੇ ਵੇਲੇ ਵੈਨ ਦੇ ਵਿੱਚ ਕੋਈ ਵੀ ਵਿਦਿਆਰਥੀ ਸਵਾਰ ਨਹੀਂ ਸੀ, ਨਹੀਂ ਤਾਂ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ। ਜਾਣਕਾਰੀ ਮੁਤਾਬਕ ਹਲਕਾ ਗੁਰੂ ਹਰ ਸਹਾਏ ਮੋਹਣ ਕੇ ਉਤਾੜ ਵਿੱਚ ਇੱਕ ਤੇਜ਼ ਰਫ਼ਤਾਰ ਆਲਟੋ ਕਾਰ ਨੇ ਡਿਵਾਈਡਰ ਪਾਰ ਕਰਕੇ ਸਕੂਲ ਵੈਨ ਨੂੰ ਭਿਆਨਕ ਟੱਕਰ ਮਾਰ ਦਿੱਤੀ। ਇਸ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਹਾਦਸੇ ਵਿੱਚ ਸਕੂਲ ਵੈਨ ਦੇ ਡਰਾਈਵਰ ਰਿੰਕੂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤਾਂ ਉਸਦੀ ਉਮਰ ਮਹਿਜ਼ 31 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਜੋ ਕਿ ਇਸ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਇਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਲਟੋ ਕਾਰ ਦੇ ਵਿੱਚ ਇੱਕ ਔਰਤ ਸਵਾਰ ਸੀ, ਜਿਹੜੇ ਕਿ ਡਰਾਈਵਿੰਗ ਕਰ ਰਹੀ ਸੀ, ਤਾਂ ਔਰਤ ਤੇਜ਼ ਰਫ਼ਤਾਰ ਦੇ ਨਾਲ ਕਾਰ ਚਲਾ ਰਹੀ ਸੀ, ਤਾਂ ਉਸਦੇ ਨਾਲ ਉਸਦਾ ਪਤੀ ਵੀ ਕਾਰ ਦੇ ਵਿੱਚ ਮੌਜੂਦ ਸੀ। ਇਹ ਕਾਰ ਅਚਾਨਕ ਡਿਵਾਈਡਰ ਪਾਰ ਕਰਕੇ ਸਕੂਲ ਵੈਨ ਦੇ ਵਿੱਚ ਆ ਵੱਜੀ। ਟੱਕਰ ਇੰਨੀ ਭਿਆਨਕ ਸੀ ਕਿ ਵੈਨ ਚਲਾ ਰਹੇ ਰਿੰਕੂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਮ੍ਰਿਤਕ ਦਾ 6 ਸਾਲ ਦਾ ਬੱਚਾ ਵੀ ਹੈ ਤੇ ਪਰਿਵਾਰ ਦੇ ਵੱਲੋਂ ਪ੍ਰਸ਼ਾਸਨ ਅੱਗੇ ਸਖਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਗਈ। ਹਾਂਜੀ, ਕਿਵੇਂ ਵਾਪਰੀ ਇਹ ਘਟਨਾ ਜਿਹੜਾ ਹਾਦਸਾ ਹੋਇਆ? ਵੀਰ ਜੀ, ਸਵੇਰੇ 7:45 ਦਾ ਲਗਭਗ ਟਾਈਮ ਸੀਗਾ। ਸਕੂਲ ਤੋਂ ਰਿੰਕੂ ਵਰਿੰਦਰ ਜਿਹੜਾ ਹੈ ਬੱਚੇ ਛੱਡ ਕੇ ਜਾ ਰਿਹਾ ਸੀ ਆਪਣੀ ਬਿਲਕੁਲ ਸਹੀ ਸਾਈਡ 'ਤੇ, ਦੂਸਰੀ ਸਾਈਡ 'ਤੇ ਗੁਰੂ ਹਰ ਸਹਾਏ ਵਾਲੇ ਪਾਸਿਓਂ। ਇੱਧਰੋਂ ਇੱਕ ਆਲਟੋ ਗੱਡੀ ਬੜੀ ਜ਼ਿਆਦਾ ਸਪੀਡ ਦੇ ਵਿੱਚ ਆਈ ਹੈ ਜੀ, ਅਤੇ ਡਿਵਾਈਡਰ ਟੱਪ ਕੇ ਅਤੇ ਗੱਡੀ ਛੋਟੇ ਹਾਥੀ ਦੇ ਵਿੱਚ ਵੱਜੀ ਹੈ, ਅਤੇ ਜਿਹਦੇ ਮੌਕੇ 'ਤੇ ਜਿਹੜੀ ਹੈ ਰਿੰਕੂ ਦੀ ਡੈਥ ਹੋ ਗਈ ਹੈ ਜੀ। ਕਿਹੜਾ ਸਕੂਲ ਕਰਦਾ ਸੀ ਜੀ ਕੰਮ? ਸਕੂਲ ਤਾਂ ਸਰ ਲਿਟਲ ਫਲਾਵਰ ਹੈ ਸਕੂਲ, ਪਰ ਕਹਿਣ ਦਾ ਮਤਲਬ ਹੈ ਸਰ ਉਹ ਬਿਲਕੁਲ ਆਪਣੀ ਸਾਈਡ 'ਤੇ ਜਾ ਰਿਹਾ ਸੀ, ਇੱਧਰੋਂ ਬੜੀ ਜ਼ਿਆਦਾ ਫਾਸਟ ਗੱਡੀ ਆ ਰਹੀ ਸੀ। ਤੁਹਾਨੂੰ ਬੜੀ ਜਲਦੀ ਇਹ ਵੀਡੀਓ ਦੇ ਦਿੱਤੀ ਜਾਏਗੀ, ਇੱਕ ਵੀਡੀਓ ਕਢਾਈ ਹੈ, ਬੜੀ ਜਲਦੀ ਵੀਡੀਓ ਤੁਹਾਨੂੰ ਦੇ ਦਿੱਤੀ ਜਾਏਗੀ, ਉਹਦੇ ਸਭ ਪਤਾ ਲੱਗ ਜਾਏਗਾ ਵੀ ਕਿਸ ਦੀ ਗਲਤੀ ਹੈ ਜੀ। ਚੜ੍ਹਦੀ ਕਲਾ ਟਾਈਮ ਟੀਵੀ ਲਈ ਫਿਰੋਜ਼ਪੁਰ ਤੋਂ ਪੱਤਰਕਾਰ ਆਰ ਐਲ ਧਵਨ ਅਤੇ ਬੱਬੂ ਧਵਨ ਦੀ ਖਾਸ ਰਿਪੋਰਟ।